ਪੰਜਾਬੀ ਸੈਲੀਬ੍ਰਿਟੀਜ਼ ਅਕਸਰ ਦੇਖੇ ਜਾਂਦੇ ਨੇ ਬਾਡੀਗਾਰਡਸ ਦੇ ਨਾਲ, ਗਨਮੈਨਸ ਦੇ ਨਾਲ ਜਾਂ ਫਿਰ ਬਾਊਂਸਰਸ ਦੇ ਨਾਲ, ਪਰ ਜੇਕਰ ਗੱਲ ਕੀਤੀ ਜਾਵੇ ਹਿਮਾਂਸ਼ੀ ਖੁਰਾਨਾ ਦੀ ਤਾਂ ਉਹ ਲੱਗਦਾ ਕਿ ਇਹਨਾਂ ਚੀਜ਼ਾਂ ਤੋਂ ਕਾਫੀ ਦੂਰ ਨੇ। ਹਾਲ ਹੀ ਦੇ ਵਿੱਚ ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ, ਵਾਈ ਆਲ ਸੈਲੀਬ੍ਰਿਟੀਜ਼ ਨੀਡ ਗਨਮੈਨ ਸਪੈਸ਼ਲੀ ਪੰਜਾਬੀ, ਮੈਂ ਤਾਂ ਆਰਾਮ ਨਾਲ ਘੁੰਮਦੀ ਮਾਲ ਵੀ ਗਰੋਸਰੀ ਸਟੋਰ ਵੀ, ਆਲਵੇਜ਼ ਲੋਕ ਇੰਨੇ ਪਿਆਰ ਨਾਲ ਮਿਲੇ, ਇੰਨੇ ਸਪੋਰਟਿਵ, ਜੇ ਕੁਛ ਹੁੰਦਾ ਵੀ ਹੈ ਆਪੇ ਲੋਕ ਹੈਲਪ ਕਰ ਦਿੰਦੇ। ਆਈ ਐਮ ਵੈਰੀ ਮੱਚ ਕੰਫਰਟੇਬਲ ਵਿਦ ਆਡੀਅੰਸ ਐਟਮੋਸਫੇਅਰ, ਦਿਸ ਇਜ਼ ਵਟ ਆਈ ਥਿੰਕ, ਬਾਕੀ ਕੋਈ ਐਕਸਟ੍ਰੀਮ ਸਿਚੁਏਸ਼ਨ 'ਚ ਹੋ ਸਕਦਾ, ਬਟ ਵਾਈ ਆਲ। ਸੋ ਇਸ ਪੋਸਟ ਤੋਂ ਬਾਅਦ ਹਿਮਾਂਸ਼ੀ ਨੇ ਸਾਫ ਸਾਫ ਇਹ ਜ਼ਾਹਿਰ ਕਰ ਦਿੱਤਾ ਕਿ ਉਸਨੂੰ ਕਿਸੇ ਵੀ ਬਾਡੀਗਾਰਡ ਦੀ ਜਾਂ ਗਨਮੈਨ ਦੀ ਜ਼ਰੂਰਤ ਨਹੀਂ ਹੈ, ਉਹ ਲੋਕਾਂ ਦੇ ਵਿੱਚ ਆਪਣੀ ਆਡੀਅੰਸ ਵਿੱਚ ਕਾਫੀ ਜ਼ਿਆਦਾ ਕੰਫਰਟੇਬਲ ਫੀਲ ਕਰਦੀ ਹੈ। ਫਿਲਹਾਲ ਤੁਸੀਂ ਕੀ ਸੋਚਦੇ ਹੋ, ਕਿ ਜ਼ਰੂਰੀ ਹੋ ਜਾਂਦੇ ਨੇ ਬਾਊਂਸਰਸ ਜਾਂ ਫਿਰ ਬਸ ਉਹ ਇੱਕ ਸ਼ੋਅ ਆਫ ਹੈ? ਆਪਣੀ ਰਾਏ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ। Thank you.